ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਬੈਦਕਰ ਬੰਨ ਦੇ ਵਿੱਚ ਇਤਿਹਾਸ ਵਿਸ਼ੇ ਨਾਲ ਸੰਬੰਧਤ ਕੁਝ ਪ੍ਰਸ਼ਨ ਉੱਤਰ ਲੈ ਕੇ ਫਿਰ ਤੋਂ ਹਾਜ਼ਰ ਹਾਂ ਤੇ ਦੇਖਦੇ ਹਾਂ ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਬ੍ਰਿਟਿਸ਼ ਰਾਜ ਦੌਰਾਨ ਕਿਸ ਦੇ ਸ਼ਾਸਨ ਕਾਲ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਕਿਸ ਦੇ ਸ਼ਾਸਨ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਲਾਰਡ ਰਿਪਨ ਦੇ ਸਮੇਂ ਨੂੰ ਉਸ ਦੇ ਸਮੇਂ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਬ੍ਰਿਟਿਸ਼ ਕਾਲ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਲਾਰਡ ਰਿਪਨ ਦੇ ਸਮੇਂ ਨੂੰ ਠੀਕ ਹੈ ਲਾਰਡ ਰਿਪਨ ਦੇ ਸਮੇਂ ਨੂੰ ਨੈਕਸਟ ਕੁਐਸਚਨ ਦੇਖੋ ਪੰਜਾਬ ਵਿੱਚ ਕ੍ਰੀਸ਼ੀ ਅੰਦੋਲਨ ਦਾ ਆਯੋਜਨ ਕਰਨ ਲਈ ਲਾਲਾ ਲਾਜਪਤਰਾਏ ਨੂੰ ਕਿਸ ਸਾਲ ਮੰਡਲੇ ਨਿਰਵਾਸਤ ਕੀਤਾ ਗਿਆ ਪੰਜਾਬ ਦੇ ਵਿੱਚ ਕ੍ਰਿਸ਼ੀ ਅੰਦੋਲਨ ਹੋਇਆ ਸੀ ਉਸ ਦਾ ਆਯੋਜਨ ਕਰਨ ਦੇ ਲਈ ਲਾਲਾ ਲਾਜਪਤਰਾਏ ਨੂੰ ਮੰਡਲੇ ਠੀਕ ਹੈ ਮੰਡਲੇ ਜੇਲ੍ਹ ਹੈ ਬਰਮਾ ਦੇ ਵਿੱਚ ਤਾਂ ਉੱਥੇ ਇਹਨਾਂ ਨੂੰ ਭੇਜ ਦਿੱਤਾ ਗਿਆ ਸੀ ਡਿਪੋਰਟ ਕਰਤਾ ਸੀ ਤਾਂ ਕਿਹੜਾ ਸਾਲ ਸੀ ਇਹ ਸੀਗਾ ਸਾਲ 1907 ਦਾ ਠੀਕ ਹੈ ਜੀ 1907 ਦਾ ਸਾਲ ਸੀਗਾ ਇਹ ਜਿਸ ਦੇ ਵਿੱਚ ਲਾਲਾ ਲਾਜਪਤਰਾਏ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਮੰਡਲੇ ਜੇਲ੍ਹ ਦੇ ਵਿੱਚ ਜਿਹੜੀ ਕਿ ਬਰਮਾ ਦੇ ਵਿੱਚ ਹੈ ਠੀਕ ਹੈ ਬਿਨਾ ਟ੍ਰਾਇਲ ਤੋਂ ਇਹਨਾਂ ਨੂੰ ਕੈਦ ਕਰ ਲਿਆ ਸੀ ਤੇ ਜੇਲ੍ਹ ਕਰਦਾ ਸੀ ਤੇ ਉਸੇ ਸਾਲ ਇਹਨਾਂ ਨੂੰ ਰਿਹਾ ਵੀ ਕਰਤਾ ਕਿਉਂਕਿ ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਮਿਲਿਆ ਲਾਰਡ ਮਿੰਟੋ ਇਹਨਾਂ ਦੇ ਖਿਲਾਫ ਕੋਈ ਸਬੂਤ ਪੇਸ਼ ਨਾ ਕਰ ਸਕਿਆ ਜਿਸ ਕਰਕੇ ਇਸ ਨੂੰ ਉਸੇ ਸਾਲ ਹੀ ਮਤਲਬ ਕਿ 1907 ਦੇ ਵਿੱਚ ਹੀ ਰਿਹਾ ਕਰ ਦਿੱਤਾ ਠੀਕ ਹੈ ਮੰਡਲੇ ਜੇਲ੍ਹ ਬਰਮਾ ਦੇ ਵਿੱਚ ਹੈ ਅੱਗੇ ਦੇਖੋ ਮਹਾਤਮਾ ਗਾਂਧੀ ਨੇ ਖੁਦ ਕਿਸ ਪੁਸਤਕ ਵਿੱਚ ਇਹ ਘੋਸ਼ਣਾ ਕੀਤੀ ਕਿ 1909 ਵਿੱਚ ਭਾਰਤੀਆਂ ਦੇ ਸਹਿਯੋਗ ਦੇ ਨਾਲ ਭਾਰਤ ਵਿੱਚ ਬ੍ਰਿਟਿਸ਼ ਸਾਸਨ ਦੀ ਸਥਾਪਨਾ ਹੋਈ ਸੀ ਠੀਕ ਹੈ ਜੀ ਮਹਾਤਮਾ ਗਾਂਧੀ ਨੇ ਖੁਦ ਕਿਸ ਪੁਸਤਕ ਵਿੱਚ ਘੋਸ਼ਣਾ ਕੀਤੀ ਕਿ ਸਾਲ 1909 ਵਿੱਚ ਭਾਰਤੀਆਂ ਦੇ ਸਹਿਯੋਗ ਦੇ ਨਾਲ ਭਾਰਤ ਵਿੱਚ ਬ੍ਰਿਟਿਸ਼ ਸਾਸਨ ਦੀ ਸਥਾਪਨਾ ਹੋਈ ਸੀ ਤਾਂ ਇਹ ਘੋਸ਼ਣਾ ਕੀਤੀ ਸੀ ਮਹਾਤਮਾ ਗਾਂਧੀ ਨੇ ਹਿੰਦ ਸਵਰਾਜ ਨਾਮ ਦੀ ਕਿਤਾਬ ਦੇ ਵਿੱਚ ਠੀਕ ਹੈ ਹਿੰਦ ਸਵਰਾਜ ਬੁੱਕ ਜਿਹੜੀ ਕਿ ਮਹਾਤਮਾ ਗਾਂਧੀ ਦੁਆਰਾ ਲਿਖੀ ਗਈ ਹੈ ਉਸ ਦੇ ਵਿੱਚ ਇਹ ਘੋਸ਼ਣਾ ਕਰੀ ਗਈ ਸੀ ਓਕੇ ਦੇਖੋ ਨੈਕਸਟ ਕਮਿਊਨਿਸਟ ਇੰਟਰਨੈਸ਼ਨਲ ਦੇ ਨੇਤਾ ਵਜੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਕੌਣ ਸੀ ਕਮਿਊਨਿਸਟ ਇੰਟਰਨੈਸ਼ਨਲ ਦੇ ਨੇਤਾ ਵਜੋਂ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਵਿਅਕਤੀ ਕੌਣ ਸੀ ਤਾਂ ਇਹ ਸੀਗਾ ਐਮ ਐਨ ਰਾਓ ਠੀਕ ਹੈ ਐਮ ਐਨ ਰਾਓ ਸੀਗਾ ਇਹ ਐਮ ਦਾ ਮਤਲਬ ਮਾਨਵਿੰਦਰ ਐਨ ਦਾ ਮਤਲਬ ਨਾਥ ਰਾਓ ਸੀ ਠੀਕ ਹੈ ਤੇ ਇਸ ਦਾ ਅਸਲ ਨਾਮ ਸੀ ਜਿਹੜਾ ਉਹ ਸੀਗਾ ਨਰਿੰਦਰਨਾਥ ਪਟਾਚਾਰੀਆ ਠੀਕ ਹੈ ਪਰ ਇਹਨੂੰ ਪਿਆਰ ਦੇ ਨਾਲ ਮਾਨਵਿੰਦਰ ਕਿਹਾ ਜਾਂਦਾ ਸੀਗਾ ਤੇ ਉਸੇ ਨਾਮ ਤੋਂ ਇਹ ਫੇਮਸ ਸੀ ਮਾਨਵਿੰਦਰ ਦੇ ਨਾਮ ਤੋਂ ਹੀ ਠੀਕ ਹੈ ਇਹ ਭਾਰਤ ਦੇ ਵਿੱਚ ਅਤੇ ਮੈਕਸੀਕੋ ਦੇ ਵਿੱਚ ਕਮਿਊਨਿਸਟ ਦਾ ਨੇਤਾ ਸੀ ਸੰਸਥਾਪਕ ਵੀ ਸੀ ਅਤੇ ਨੇਤਾ ਵੀ ਸੀ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਸੱਤਿਆਗ੍ਰਹਿ ਦੌਰਾਨ ਕਿਹੜੇ ਸਾਲ ਗ੍ਰਿਫਤਾਰ ਕੀਤਾ ਗਿਆ ਮਹਾਤਮਾ ਗਾਂਧੀ ਨੂੰ ਕਿਹੜੇ ਸਾਲ ਪਹਿਲੀ ਵਾਰੀ ਸੱਤਿਆਗ੍ਰਹਿ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਹ ਕਿਤਾ ਗਿਆ ਸੀ 1908 ਈਸਵੀ ਦੇ ਵਿੱਚ ਦੱਖਣ ਅਫਰੀਕਾ ਦੇ ਵਿੱਚ ਜਿਹੜਾ ਸਰਤਿਆਗ ਰਿਆ ਹੋਇਆ ਸੀ ਪਹਿਲੀ ਵਾਰੀ ਇਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ 10 ਜਨਵਰੀ 1910 ਨੂੰ ਦੱਖਣ ਅਫਰੀਕਾ ਦੇ ਵਿੱਚ ਠੀਕ ਹੈ ਹੁਣ ਦੇਖੋ ਨੈਕਸਟ ਕੁਐਸਚਨ ਅੰਗਰੇਜ਼ਾਂ ਨੇ ਪਹਿਲੀ ਵਾਰੀ ਮਹਾਤਮਾ ਗਾਂਧੀ ਨੂੰ ਕਦੋਂ ਗ੍ਰਿਫਤਾਰ ਕੀਤਾ ਠੀਕ ਹੈ ਜੇ ਦੂਸਰੇ ਲੋੜ ਦੇਖਿਆ ਜਾਵੇ ਕਿ ਮਹਾਤਮਾ ਗਾਂਧੀ ਨੂੰ ਪਹਿਲੀ ਵਾਰੀ ਕਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਕੀਤਾ ਗਿਆ ਸੀਗਾ 1908 ਈਸਵੀ ਦੇ ਵਿੱਚ ਦੱਖਣ ਅਫਰੀਕਾ ਦੇ ਵਿੱਚ ਠੀਕ ਹੈ ਹੁਣ ਜਦੋਂ ਇਹ ਹਿੰਦੁਸਤਾਨ ਆ ਗਈ ਭਾਰਤ ਆ ਗਈ ਤਾਂ ਅੰਗਰੇਜ਼ਾਂ ਦਾ ਸ਼ਾਸਨ ਸੀ ਉਸ ਸਮੇਂ ਦੀ ਗੱਲ ਹੋ ਰਹੀ ਹੈ ਕਿ ਅੰਗਰੇਜ਼ਾਂ ਦੇ ਦੁਆਰਾ ਮਹਾਤਮਾ ਗਾਂਧੀ ਨੂੰ ਪਹਿਲੀ ਵਾਰੀ ਕਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ 10 ਅਪ੍ਰੈਲ 1919 ਈਸਵੀ ਦੇ ਵਿੱਚ ਠੀਕ ਹੈ ਪਾਲਵ ਰੇਲਵੇ ਸਟੇਸ਼ਨ ਤੋਂ ਠੀਕ ਹੈ ਜੀ 10 ਅਪ੍ਰੈਲ 1919 ਪਾਲਵਲ ਰੇਲਵੇ ਸਟੇਸ਼ਨ ਤੋਂ ਠੀਕ ਹੈ ਤੇ ਦੱਖਣ ਅਫਰੀਕਾ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 10 ਜਨਵਰੀ 1908 ਨੂੰ ਠੀਕ ਹੈ ਯਾਦ ਰੱਖੀਓ 10 ਜਨਵਰੀ 1908 ਨੂੰ ਪਹਿਲੀ ਵਾਰੀ ਗ੍ਰਿਫਤਾਰ ਕੀਤਾ ਗਿਆ ਸੀ ਦੱਖਣ ਅਫਰੀਕਾ ਚੋਂ ਤੇ ਅੰਗਰੇਜ਼ਾਂ ਨੇ ਪਹਿਲੀ ਵਾਰੀ ਕੀਤਾ ਸੀ 10 ਅਪ੍ਰੈਲ 1919 ਨੂੰ ਓਕੇ ਨੈਕਸਟ ਕੁਐਸਚਨ ਦੇਖੋ ਮਹਾਤਮਾ ਗਾਂਧੀ ਨੇ ਸਾਵਰਮਤੀ ਆਸ਼ਰਮ ਦੀ ਸਥਾਪਨਾ ਕਦੋਂ ਕੀਤੀ ਸੀ ਸਾਵਰਮਤੀ ਆਸ਼ਰਮ ਦੀ ਸਥਾਪਨਾ ਕਦੋਂ ਕੀਤੀ ਸੀ ਠੀਕ ਹੈ ਕਦੋਂ ਅਤੇ ਕਿੱਥੇ ਕੀਤੀ ਸਾਵਰਮਤੀ ਆਸ਼ਰਮ ਦੀ ਸਥਾਪਨਾ ਸਾਲ 1917 ਈਸਵੀ ਦੇ ਵਿੱਚ ਕੀਤੀ ਗਈ ਸੀ ਗੁਜਰਾਤ ਦੇ ਵਿੱਚ ਠੀਕ ਹੈ ਜੀ ਗੁਜਰਾਤ ਦੇ ਵਿੱਚ ਕੀਤੀ ਗਈ ਸੀ ਸਾਲ 1917 ਦੇ ਵਿੱਚ ਨੈਕਸਟ ਦੇਖੋ ਚੰਪਾਰਨ ਅੰਦੋਲਨ ਨਾਲ ਜੁੜੇ ਨੇਤਾ ਕਿਹੜੇ-ਕਿਹੜੇ ਸਨ? ਜਦੋਂ ਬਾਰਨ ਅੰਦੋਲਨ ਦੇ ਨਾਲ ਜੁੜੇ ਨੇਤਾ ਕਿਹੜੇ-ਕਿਹੜੇ ਸਨ? ਤਾਂ ਇਹ ਸੀ ਬ੍ਰਿਜ ਕਿਸ਼ੋਰ ਪ੍ਰਸਾਦ, ਜੇ.ਵੀ. ਕ੍ਰਿਪਲਾਨੀ, ਅਨੁਰਾਗ ਨਾਰਾਇਣ ਸਿਨਾ, ਠੀਕ ਹੈ ਜੀ? ਅਨੁਰਾਗ ਨਾਰਾਇਣ ਸਿਨਾ। ਠੀਕ ਹੈ? ਇਸ ਤੋਂ ਇਲਾਵਾ ਮਹਾਤਮਾ ਗਾਂਧੀ ਦਾ ਨਾਮ ਤਾਂ ਆਉਂਦਾ ਹੀ ਹੈ, ਠੀਕ ਹੈ? ਬ੍ਰਿਜ ਕਿਸ਼ੋਰ ਪ੍ਰਸਾਦ, ਜੇ.ਵੀ. ਕ੍ਰਿਪਲਾਨੀ, ਅਨੁਰਾਗ ਕਸ਼ਯਪ ਸੋਰੀ ਅਨੁਰਾਗ ਨਰਾਇਣ ਸਿਨਾ ਠੀਕ ਹੈ ਨੈਕਸਟ ਦੇਖੋ ਮਹਾਤਮਾ ਗਾਂਧੀ ਨੇ ਨੈਟਲ ਭਾਰਤੀ ਕਾਂਗਰਸ ਦੀ ਸਥਾਪਨਾ ਕਦੋਂ ਕੀਤੀ ਮਹਾਤਮਾ ਗਾਂਧੀ ਨੇ ਨੈਟਲ ਭਾਰਤੀ ਕਾਂਗਰਸ ਦੀ ਸਥਾਪਨਾ ਕਦੋਂ ਕੀਤੀ ਠੀਕ ਹੈ ਮਹਾਤਮਾ ਗਾਂਧੀ ਨੇ ਨੈਟਲ ਭਾਰਤੀ ਕਾਂਗਰਸ ਦੀ ਸਥਾਪਨਾ ਕਦੋਂ ਕੀਤੀ ਸੀ ਇਹ ਕੀਤੀ ਗਈ ਸੀ ਸਾਲ 1900 ਸੌਰੀ 1894 ਈਸਵੀ ਦੇ ਵਿੱਚ ਸਾਲ 1894 ਈਸਵੀ ਦੇ ਵਿੱਚ ਕੀਤੀ ਗਈ ਸੀ ਜਦੋਂ ਮਹਾਤਮਾ ਗਾਂਧੀ ਦੱਖਣ ਅਫਰੀਕਾ ਦੇ ਵਿੱਚ ਸੀ 22 ਅਗਸਤ 1894 ਨੂੰ ਨੈਟਲ ਭਾਰਤੀ ਗਾਂਗਰੇ ਦਾ ਸਬਦਾਨ ਇਹਨਾਂ ਨੇ ਲਾਗੂ ਕੀਤਾ ਸੀ ਠੀਕ ਹੈ ਦੱਖਣ ਅਫਰੀਕਾ ਦੇ ਵਿੱਚ ਦੀ ਗੱਲ ਆ ਇਹ ਦੱਖਣ ਅਫਰੀਕਾ ਦੀ ਘਟਨਾ ਹੈ ਠੀਕ ਹੈ ਅੱਗੇ ਦੇਖੋ ਲੂਣ सत्याग्रह ਅੰਦੋਲਨ ਦੇ ਲਈ ਮਹਾਤਮਾ ਗਾਂਧੀ ਨੇ ਕਿੰਨੀ ਦੂਰੀ ਤੈਅ ਕੀਤੀ ਸੀ ਲੂਣ सत्याग्रह ਅੰਦੋਲਨ ਦੇ ਸਮੇਂ सत्याग्रह ਦੇ ਸਮੇਂ ਮਹਾਤਮਾ ਗਾਂਧੀ ਨੇ ਕਿੰਨੀ ਦੂਰੀ ਤੈਅ ਕੀਤੀ ਸੀ ਤਾਂ ਇਹ ਕੀਤੀ ਸੀ 241 ਮੀਲ ਦੀ ਸਾਵਰਮਤੀ ਆਸ਼ਰਮ ਤੋਂ ਲੈ ਕੇ ਡਾਂਡੀ ਨਾਮਕ ਸਥਾਨ ਤੱਕ ਦੀ ਇਹ ਯਾਤਰਾ ਕੀਤੀ ਸੀ ਜਿਹੜੀ ਕਿ ਟੋਟਲ ਲਗਭਗ 241 ਮੀਲ ਮੰਨੀ ਜਾਂਦੀ ਹੈ ਠੀਕ ਹੈ ਨਖਰ ਦੇ ਕੋ ਲੋਨ ਸਤਿਆਗ੍ਰਹਿ ਸਮੇਂ ਮਹਾਤਮਾ ਗਾਂਧੀ ਦੀ ਗ੍ਰਿਫਤਾਰੀ ਤੋਂ ਬਾਅਦ ਸਤਿਆਗ੍ਰਹਿ ਦੀ ਅਗਵਾਈ ਕਿਸ ਨੇ ਕੀਤੀ ਨਮਕ ਸਤਿਆਗ੍ਰਹਿ ਦੇ ਸਮੇਂ ਜਦੋਂ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹਨਾਂ ਤੋਂ ਬਾਅਦ ਸਤਿਆਗ੍ਰਹਿ ਦੀ ਜਿਹੜੀ ਬਾਗਡੋਰ ਸੀ ਕਮਾਂਡ ਸੀ ਉਹ ਕਿਹਨੇ ਸੰਭੀ ਅਗਵਾਈ ਕਿਸ ਨੇ ਕੀਤੀ ਤਾਂ ਇਹ ਕੀਤੀ ਸੀ ਅਬਾਸ ਤੈਬ ਜੀ ਨੇ ਠੀਕ ਹੈ ਅਬਾਸ ਅਯੋਬ ਜੀ ਨੇ ਅਗਵਾਈ ਕੀਤੀ ਸੀ ਗਾਂਧੀ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ ਕਿਸ ਅੰਦੋਲਨ ਵਿੱਚ ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਨੂੰ ਹਥਿਆਰ ਦੇ ਵੱਜੋਂ ਪਹਿਲੀ ਵਾਰ ਵਰਤਿਆ ਸੀ ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਨੂੰ ਹਥਿਆਰ ਵੱਜੋਂ ਪਹਿਲੀ ਵਾਰ ਕਦੋਂ ਵਰਤਿਆ ਸੀ ਤਾਂ ਇਹ ਵਰਤਿਆ ਸੀ ਸਾਲ 1918 ਦੇ ਵਿੱਚ ਅਹਮਦਾਬਾਦ ਹੜਤਾਲ ਦੇ ਸਮੇਂ 1918 ਦੇ ਵਿੱਚ ਅਹਮਦਾਬਾਦ ਦੇ ਵਿੱਚ ਇੱਕ ਸੁੱਤੇ ਕੱਪੜੇ ਦੀ ਮਿਲ ਦੇ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ ਸੀ ਇਹ 21 ਦਿਨ ਚੱਲੀ ਸੀ ਹੜਤਾਲ ਇਸ ਹੜਤਾਲ ਦੇ ਵਿੱਚ ਪਹਿਲੀ ਵਾਰੀ ਮਹਾਤਮਾ ਗਾਂਧੀ ਨੇ ਪੋਖ ਹੜਤਾਲ ਨੂੰ ਹਥਿਆਰ ਦੇ ਵੱਜੋਂ ਵਰਤਿਆ ਸੀ ਠੀਕ ਹੈ ਇਹ ਚੰਪਰਨ ਅੰਦੋਲਨ ਤੋਂ ਬਾਅਦ ਮਹਾਤਮਾ ਗਾਂਧੀ ਦਾ ਦੂਸਰਾ ਵੱਡਾ ਸਫਲ ਅੰਦੋਲਨ ਸੀ ਜਿਹੜਾ ਉਹ ਮੰਨਿਆ ਜਾਂਦਾ ਹੈ ਠੀਕ ਹੈ ਅੱਗੇ ਦੇਖੋ ਪੁੰਨਾ ਸਮਝੌਤੇ ਉੱਪਰ ਮਹਾਤਮਾ ਗਾਂਧੀ ਤੋਂ ਇਲਾਵਾ ਹੋਰ ਕਿਸ ਮਹਾਨ ਨੇਤਾ ਦੇ ਹਸਤਾਖਰ ਹੋਏ ਸਨ ਪੁੰਨਾ ਸਮਝੌਤੇ ਦੇ ਉੱਪਰ ਮਹਾਤਮਾ ਗਾਂਧੀ ਤੋਂ ਇਲਾਵਾ ਹੋਰ ਕਿਸ ਮਹਾਨ ਨੇਤਾ ਦੇ ਹਸਤਾਖਰ ਹੋਏ ਸੀ ਤਾਂ ਇਹ ਹੋਏ ਸੀ ਬਾਬਾ ਸਾਹਿਬ ਡਾਕਟਰ ਪੀ.ਐਮ. ਰਾਓ ਅੰਬੇਦਕਰ ਜੀ ਠੀਕ ਹੈ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਅਤੇ ਗਾਂਧੀ ਨਾ ਦੋਹਾਂ ਦੇ ਸਤਾ ਅੱਖਰ ਹੋਏ ਸੀਗੇ ਪੁੰਨਾ ਸਮਝੌਤੇ ਦੇ ਉੱਪਰ ਪੁੰਨਾ ਸਮਝੌਤਾ 24 ਸਤੰਬਰ 1932 ਦੇ ਵਿੱਚ ਪੁੰਨੇ ਦੀ ਜੇਲ੍ਹ ਸੀ ਇੱਕ ਯਰਵਦਾ ਯਰਵਦਾ ਸੈਂਟਰਲ ਜੇਲ੍ਹ ਠੀਕ ਹੈ ਯਰਵਦਾ ਸੈਂਟਰਲ ਜੇਲ੍ਹ ਦੇ ਵਿੱਚ ਮਹਾਤਮਾ ਗਾਂਧੀ ਅਤੇ ਬਾਬਾ ਪੀਮਰਾਓ ਅੰਬੇਦਕਰ ਨੇ ਇਸ ਦੇ ਉੱਤੇ ਸਿਗਨੇਚਰ ਕੀਤੇ ਸੀ ਸਾਈਨ ਕੀਤੇ ਸੀ ਇਸ ਸਮਝੌਤੇ ਦੇ ਤਹਿਤ 148 ਸਿੱਟਾਂ ਦੇ ਉੱਪਰ ਠੀਕ ਹੈ ਪਿਛੜੇ ਵਰਗ ਭਾਵ ਦਾਇਤ ਵਰਗ ਦਾ ਤਾਂ ਸੀਗਾ ਉਹ ਰਾਖਵਾ ਕਰਨ ਮਿਲਿਆ ਸੀਗਾ ਉਹਨਾਂ ਨੂੰ ਜਿਹੜਾ ਇਹ ਸਮਝੌਤਾ ਹੋਇਆ ਸੀ। ਦਰ ਕੇ ਬਾਬਾ ਭੀਮ ਰਾਮ ਬਾਇਰ ਕਰੋ ਇੱਕ ਅਲੱਗ ਤੋਂ ਉਹਨਾਂ ਵਾਸਤੇ ਅਧਿਕਾਰ ਮੰਗ ਰਹੇ ਸੀ। ਪਰੰਤੂ ਇਹਦੇ ਵਿੱਚ ਕੀ ਹੋਇਆ ਕਿ 148 ਸੀਟਾਂ ਦੇ ਉੱਪਰ ਰਾਖਵਾ ਕਰਨ ਮਿਲਿਆ ਸੀਗਾ। ਠੀਕ ਹੈ ਜੀ। 24 ਦਸੰਬਰ 1932 ਦੇ ਵਿੱਚ ਬਹੁਤ ਬਹਿਸ ਹੋਈ ਸੀਗੀ ਦੋਨਾਂ ਪਾਰਟੀਆਂ ਵੱਲੋਂ। ਠੀਕ ਹੈ। ਅੱਗੇ ਦੇਖੋ ਇਹ ਮਹਾਤਮਾ ਗਾਂਧੀ ਨੇ ਕਿਸ ਗ੍ਰੰਥ ਨੂੰ ਆਪਣੀ ਮਾਂ ਕਿਹਾ ਮਹਾਤਮਾ ਗਾਂਧੀ ਨੇ ਕਿਸ ਗ੍ਰੰਥ ਨੂੰ ਆਪਣੀ ਮਾਂ ਕਿਹਾ ਤਾਂ ਇਹ ਕਿਹਾ ਸੀਗਾ ਭਾਗਵਤ ਗੀਤਾ ਨੂੰ ਭਾਗਵਤ ਗੀਤਾ ਨੂੰ ਗਾਂਧੀ ਨੇ ਆਪਣੀ ਮਾਂ ਕਿਹਾ ਸੀ ਨੈਕਸਟ ਦੇਖੋ ਤਿੰਨ ਕਟਹੀਆ ਪ੍ਰਥਾ ਦੇ ਖਿਲਾਫ ਕਿਸਾਨਾਂ ਦੇ ਲਈ ਗਾਂਧੀ ਦਾ ਪਹਿਲਾ ਸਤਿਆਗ੍ਰਹਿ ਕਿੱਥੇ ਹੋਇਆ ਸੀ ਤਿੰਨ ਕਟਹੀਆ ਪ੍ਰਥਾ ਸੀ ਉਸ ਦੇ ਖਿਲਾਫ ਗਾਂਧੀ ਨੇ ਅੰਦੋਲਨ ਕੀਤਾ ਸੀ ਸਤਿਆਗ੍ਰਹਿ ਕੀਤਾ ਸੀ ਤਾਂ ਇਹ ਕਿੱਥੇ ਹੋਇਆ ਸੀ ਇਹ ਕੀਤਾ ਸੀ ਚੰਪਾਰਨ ਦੇ ਵਿੱਚ ਚੰਪਾਰਨ ਵਿਹਾਰ ਦੇ ਵਿੱਚ ਹੈ ਤਾਂ ਇਹਦੇ ਵਿੱਚ ਇਹ ਸੀ ਕਿ ਇੱਕ ਬਿੱਗੇ ਦੀ ਜਿਹੜੀ ਜ਼ਮੀਨ ਹੈ ਉਹਦੇ ਤੀਜੇ ਹਿੱਸੇ ਦੇ ਵਿੱਚ ਨੀਲ ਦੀ ਖੇਤੀ ਕਰਾਈ ਜਾਂਦੀ ਸੀ ਅੰਗਰੇਜ਼ਾਂ ਦੇ ਦੁਆਰਾ ਜ਼ਬਰਦਸਤੀ ਧੱਕੇ ਦੇ ਨਾਲ ਠੀਕ ਆ ਉਸ ਦੇ ਵਿਰੁੱਧ ਇਹ ਅੰਦੋਲਨ ਸੀਗਾ ਜਿਹੜੇ ਨੀਲ ਕਿਸਾਨਾਂ ਨੇ ਕੀਤਾ ਸੀਗਾ ਠੀਕ ਆ ਨੀਲ ਕਿਸਾਨ ਜਿਹੜੇ ਕੇ ਨੀਲ ਦੀ ਖੇਤੀ ਕਰਦੇ ਸੀ ਠੀਕ ਹੈ ਇਹ ਅੰਦੋਲਨ ਹੋਇਆ ਸੀ ਚੰਪਾਰਨ ਦੇ ਵਿੱਚ ਬਿਹਾਰ ਦੇ ਵਿੱਚ ਠੀਕ ਹੈ ਜੀ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਇਤਿਹਾਸ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕੀਤੇ ਗਏ ਆਸ਼ਾ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਫਾਇਦੇਮੰਦ ਹੋਏਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤਾਂ ਮਿਲਦੇ ਹਾਂ ਬਹੁਤ ਜਲਦ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ YouTube ਚੈਨਲ ਅੰਬੈਕਰ ਪੁਆਇੰਟ ਧੰਨਵਾਦ